ਸਦੀਆਂ ਤੋਂ ਮਨੁੱਖੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਲੰਗਰ ਦੀ ਪ੍ਰਥਾ ਨੇ ਜਿੱਥੇ ਮਨੁੱਖਤਾ ਨੂੰ ਸਮਾਨਤਾ ਦਾ ਸੁਨੇਹਾ ਦਿੱਤਾ ਉੱਥੇ ਹੀ ਸਿੱਖ ਧਰਮ ਦੀ ਬੁਨਿਆਦ ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਅੱਜ ਵੀ ਵੱਧ ਚੜ੍ਹ ਕੇ ਚਲਾ ਰਹੀਆਂ ਹਨ, ਆਪਣਾ ਯੋਗਦਾਨ ਪਾ ਰਹੀਆਂ ਹਨ। ਦਿੱਲੀ ਵਿੱਚ ਇਸ ਕਾਰਜ ਲਈ ਵੱਖ ਵੱਖ ਜਥੇਬੰਦੀਆਂ ਪੰਥਕ ਸਾਂਝ ਦੇ ਝੰਡੇ ਹੇਠ ਇਕੱਠੀਆਂ ਹੋਈਆਂ ਹਨ। ਇਸ ਲਈ ਬਕਾਇਦਾ ਇੱਕਤਰਤਾ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਇਹਨਾਂ ਸਭ ਜਥੇਬੰਦੀਆਂ ਵੱਲੋਂ ਇਕੱਠੇ ਕੰਮ ਕਰਨ ਦਾ ਅਹਿਦ ਲਿਆ ਗਿਆ ਹੈ। ਦਿੱਲੀ ਲੰਗਰ ਸੇਵਾ ਸੁਸਾਇਟੀ, ਜਪਜੀ ਫਾਊਂਡੇਸ਼ਨ, ਜਪ ਜਪ ਟਰੱਸਟ, ਗੁਰੂ ਅਮਰਦਾਸ ਲੰਗਰ ਸੇਵਾ, ਕਮਲਜੀਤ ਸਿੰਘ ਸਮੇਤ ਸਭ ਜਥੇਬੰਦੀਆਂ ਇਸ ਇਕੱਤਰਤਾ 'ਚ ਸ਼ਾਮਿਲ ਹੋਈਆਂ ਅਤੇ ਪੰਥਕ ਸਾਂਝ ਦੇ ਕਨਵੀਨਰ ਰਾਜਵੀਰ ਸਿੰਘ ਦੀ ਅਗਵਾਈ 'ਚ ਹੋਈ ਇਸ ਮੀਟਿੰਗ 'ਚ ਦਿੱਲੀ 'ਚ ਵੱਖ ਵੱਖ ਥਾਵਾਂ 'ਤੇ ਲੰਗਰ ਦੀ ਸੇਵਾ ਨਿਭਾ ਰਹੇ ਹਨ। ਇਸ ਦਾ ਮਕਸਦ ਲੰਗਰ ਦੀ ਸੇਵਾ ਨੂੰ ਆਪਸੀ ਤਾਲਮੇਲ ਨਾਲ ਹੋਰ ਪਰਪੱਕ ਬਣਾਉਣਾ ਸੀ ਤਾਂ ਜੋ ਕੋਈ ਵੀ ਮਨੁੱਖ ਭੁੱਖਾ ਨਾ ਸੌਵੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਸਭ ਨੇ ਇੱਕ ਸੁਰ ਵਿੱਚ ਤਾਲਮੇਲ ਨਾਲ ਕੰਮ ਕਰਨ ਦੀ ਹਾਮੀ ਭਰੀ ਅਤੇ ਇੱਥੇ ਮਤਾ ਪਾਸ ਕੀਤਾ ਗਿਆ ਕਿ ਗੁਰੂ ਸਾਹਿਬ ਦੇ ਫਲਸਫੇ ਵੰਡ ਛਕੋ ਨੂੰ ਮੁੱਖ ਰੱਖਦੇ ਹੋਏ ਇੱਕ ਸੁਰ ਹੋ ਕੇ ਕੰਮ ਕੀਤਾ ਜਾਵੇ। ਇਸ ਲਈ ਨਵੀਂ ਪੀੜ੍ਹੀ ਨੂੰ ਇਸ ਉਦਮ ਨਾਲ ਜੋੜਨ ਤਹਿਤ ਅਪੀਲ ਕੀਤੀ ਗਈ ਕਿ ਸਕੂਲਾਂ ਕਾਲਜਾਂ 'ਚ ਪੜ੍ਹਦੇ ਬੱਚੇ ਘਰੋਂ ਘੱਟੋ ਘੱਟ 5 ਪ੍ਰਸ਼ਾਦੇ ਲੈ ਕੇ ਆਉਣ ਅਤੇ ਇਹਨਾਂ ਜਥੇਬੰਦੀਆਂ ਵੱਲੋਂ ਤੈਅ ਕੁਲੈਕਸ਼ਨ ਸੈਂਟਰ 'ਤੇ ਖੜ੍ਹੀ ਗੱਡੀ ਵਿੱਚ ਇਸ ਸਭ ਦੀ ਇਕੱਤਰਤਾ ਹੋਵੇਗੀ ਅਤੇ ਇਸ ਨੂੰ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ। ਗੁਰੂ ਸਾਹਿਬਾਨ ਵੱਲੋਂ ਤੋਰੀ ਲੰਗਰ ਪ੍ਰਥਾ ਅੱਜ ਵੀ ਉਸੇ ਰੂਪ 'ਚ ਚੱਲ ਰਹੀ ਹੈ, ਭੁੱਖਿਆਂ ਦੇ ਢਿੱਡ ਭਰ ਰਹੀ ਹੈ ਅਤੇ ਆਪਸੀ ਸਾਂਝੀਵਾਲਤਾ ਦਾ ਸੁਨੇਹਾ ਦੇ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਦੁਆਰਾ ਜੋ ਲੰਗਰ ਦੀ ਪ੍ਰਥਾ ਚੱਲੀ ਸੀ, ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਜੋ ਲੰਗਰ ਚਲਾਇਆ ਸੀ ਉਸ ਨੂੰ ਦੇਖਦੇ ਹੋਏ, ਮੁੱਖ ਰੱਖਦੇ ਹੋਏ, ਆਲ ਇੰਡੀਆ ਮੈਡੀਕਲ ਦੇ ਬਾਹਰ ਜੋ ਪੇਸ਼ੈਂਟ ਹੁੰਦੇ ਨੇ ਉਹਨਾਂ ਦੇ ਨਾਲ ਜੋ ਅਟੈਂਡੈਂਟ ਆਉਂਦੇ ਨੇ ਉਹਨਾਂ ਨੂੰ ਲੰਗਰ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ, ਜਦਕਿ ਉਹਨਾਂ ਨੂੰ ਜਦੋਂ ਉੱਥੇ ਬਾਹਰ ਦੇਖਦੇ ਨੇ ਤਾਂ ਬਹੁਤ ਮਹਿੰਗਾ ਸਮਾਨ ਮਿਲਦਾ ਹੈ। ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਜ਼ਰੂਰਤਮੰਦਾਂ ਵਾਸਤੇ ਇਹ ਲੰਗਰ ਆਰੰਭ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਪਜੀ ਫਾਊਂਡੇਸ਼ਨ ਵੱਲੋਂ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਜਪਜੀ ਫਾਊਂਡੇਸ਼ਨ ਜਿਹੜਾ ਹੈਗਾ ਉਸਦਾ ਏਮ ਇਹ ਹੈ ਕਿ ਜ਼ਰੂਰਤਮੰਦ ਦੀ ਸੇਵਾ ਕਰਨਾ, ਜਿਹੜੇ ਵੀ ਲੋੜਵੰਦ ਜਿੱਧਰ ਵੀ ਹੋਣ ਗੁਰੂ ਸਾਹਿਬ ਮੇਹਰ ਕਰਨ ਉਹਨਾਂ ਦੀ ਸੇਵਾ ਕਰਨਾ। ਜਿਸ ਤਰ੍ਹਾਂ ਕਿ ਅਸੀਂ ਅੱਜ ਤੋਂ 8-9 ਸਾਲ ਪਹਿਲਾਂ ਏਮਸ ਦੀ ਸੇ ਬਾਹਰ ਲੰਗਰ ਲਗਾਉਂਦੇ ਸੀਗੇ ਜਿਸ ਵਿੱਚ ਤਕਰੀਬਨ 1500 ਤੋਂ 2000 ਬੰਦਾ ਲੰਗਰ ਛਕਦਾ ਸੀ। ਜਿਹੜੇ ਵੀ ਪੇਸ਼ੈਂਟਸ ਅਤੇ ਉਹਨਾਂ ਦੇ ਰਿਲੇਟਿਵਸ ਹੈਗੇ ਨੇ ਜਿਹੜੇ ਦੂਰੋਂ ਦੂਰੋਂ ਆਏ ਹੁੰਦੇ ਨੇ, ਜਿਨ੍ਹਾਂ ਕੋਲ ਕੋਈ ਥਾਂ ਨਹੀਂ ਹੁੰਦੀ, ਉਹ ਹੋਸਪਿਟਲ ਦੇ ਬਾਹਰ ਬੈਠੇ ਹੁੰਦੇ ਨੇ ਅਤੇ ਉਹਨਾਂ ਕੋਲ ਕੋਈ ਥਾਂ ਨਹੀਂ ਹੁੰਦੀ ਰਹਿਣ ਵਾਸਤੇ ਨਾ ਖਾਣ ਵਾਸਤੇ। ਔਰ ਫੂਡ ਜਿਹੜਾ ਹੁੰਦਾ ਹੈ, ਤੁਸੀਂ ਇਹ ਸਾਰੇ ਜਾਣਦੇ ਹੋ ਕਿ ਹੋਸਪਿਟਲਾਂ ਦੇ ਬਾਹਰ ਕਿਸ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਔਰ ਰੇਟਸ ਉਹਨਾਂ ਦੇ ਕੀ ਹੁੰਦੇ ਅਤੇ ਉਹ ਅਫੋਰਡ ਨਹੀਂ ਕਰ ਸਕਦੇ। ਅਤੇ ਇਹ ਦੇਖਦਿਆਂ ਹੋਇਆਂ ਅਸੀਂ ਉੱਧਰ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਜਿਹੜੀ ਟਰੱਸਟ ਹੈਗੀ ਉਹਦਾ ਨਾਂ ਹੈ ਗੁਰੂ ਅਮਰਦਾਸ ਸੇਵਾ ਟਰੱਸਟ। ਅਤੇ ਜਿਹੜੀ ਮੈਡੀਕਲ ਦੇ ਬਾਹਰ ਜਿੰਨੇ ਵੀ ਪੇਸ਼ੈਂਟ ਦੇ ਨਾਲ ਅਟੈਂਡੈਂਟ ਆਉਂਦੇ ਨੇ ਉਹਨਾਂ ਵਾਸਤੇ ਲੰਗਰ ਬਣਾ ਕੇ ਲਿਜਾਈਦਾ ਹੈਗਾ। ਅਤੇ ਸਵੇਰੇ ਡੇਲੀ ਚਾਹ 6 ਵਜੇ ਅਸੀਂ 800-900 ਕੱਪ ਜਿਹੜੀ ਚਾਹ ਹੈਗੇ ਉਹ ਅਸੀਂ ਬਣਾ ਕੇ ਲਿਜਾਂਦੇ ਹਾਂ ਉੱਧਰ। ਅਤੇ ਬੁੱਧਵਾਰ ਨੂੰ ਸ਼ਾਮੀ ਜਿਹੜਾ ਹੈਗਾ ਲੰਗਰ ਉੱਥੇ ਵਰਤਾਇਆ ਜਾਂਦਾ ਹੈਗਾ। ਅਤੇ ਉੱਥੇ ਸਾਡਾ ਮੇਨ ਇਹ ਹੈਗਾ ਕਿ ਜਿਹੜੇ ਉੱਧਰੋਂ ਦੀ ਆਉਂਦੇ ਨੇ ਬਾਹਰੋਂ ਦੀ ਲੋਕ ਉਹਨਾਂ ਨੂੰ ਇੱਥੇ ਖਾਣ ਨੂੰ ਨਹੀਂ ਮਿਲਦਾ ਹੈਗਾ। ਚਾਹ ਦਾ ਕੱਪ ਛੋਟਾ ਜਿਹਾ 10 ਰੁਪਏ ਦਾ ਹੁੰਦਾ ਹੈਗਾ ਅਤੇ ਉਹ ਉਹਨਾਂ ਨਾਲ ਕੁਝ ਬਣਦਾ ਨਹੀਂ ਹੈ ਉਹਨਾਂ ਦਾ। ਅਤੇ ਇਸ ਵਾਸਤੇ ਉੱਧਰ 4-5 ਕੱਪ ਚਾਹ ਡੇਲੀ ਉਹ ਇੱਕ ਇੱਕ ਬੰਦਾ ਉਹਨੂੰ ਪੀਂਦਾ ਹੈਗਾ। ਅਤੇ ਜਿਹੜੀ ਲੰਗਰ ਦੀ ਹੈਗੀ, ਲੰਗਰ ਅਸੀਂ ਇਸ ਵਾਸਤੇ ਉੱਧਰ ਲੈ ਕੇ ਜਾਂਦੇ ਹਾਂ ਕਿ ਉੱਧਰ ਜਿਹੜੇ ਬੈਠੇ ਨੇ ਜਿਹੜੇ ਬਣਾਉਣ ਵਾਲੇ ਉਹ ਕੋਈ ਸਹੀ ਢੰਗ ਨਾਲ ਬਣਾਉਂਦੇ ਨਹੀਂ ਹੈਗੇ ਖਾਣਾ, ਪਤਾ ਨਹੀਂ ਕਿਹੜਾ ਤੇਲ ਯੂਜ਼ ਕਰਦੇ ਨੇ। ਅਸੀਂ ਓਲੀ ਆਇਲ ਅਤੇ ਦੇਸੀ ਘਿਓ ਦਾ ਤੜਕਾ ਲਾ ਕੇ ਅਸੀਂ ਉਹ ਬਣਾ ਕੇ ਲੈ ਕੇ ਜਾਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿਤਾ ਜੀ ਸਰਦਾਰ ਤਰਲੋਚਨ ਸਿੰਘ, ਜਿਨ੍ਹਾਂ ਨੂੰ ਲੋਕ ਝਾੜੂ ਵਾਲੇ ਵੀਰ ਜੀ ਦੇ ਨਾਂ 'ਤੇ ਜਾਣਦੇ ਸੀ, ਉਹਨਾਂ ਨੇ ਸਭ ਤੋਂ ਪਹਿਲੇ ਗੁਰਦੁਆਰਿਆਂ ਦੇ ਵਿੱਚ ਝਾੜੂ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਬੰਗਲਾ ਸਾਹਿਬ ਤੋਂ ਰਕਾਬਗੰਜ ਤੋਂ। ਉਸ ਤੋਂ ਬਾਅਦ ਉਹਨਾਂ ਨੇ ਇਹ ਦੇਖਿਆ ਕਿ ਇੱਕ ਸੰਗਤ ਨੂੰ ਦਿੱਲੀ ਦੇ ਵਿੱਚ ਜਿਹੜੇ ਗਰੀਬ ਆਦਮੀ ਹੈ, ਗਰੀਬ ਤਬਕਾ ਹੈ, ਉਹਨੂੰ ਇੱਕ ਬੜੀ ਵੱਡੀ ਇੱਕ ਲੰਗਰ ਦੀ ਜ਼ਰੂਰਤ ਹੈ। ਤਾਂ ਉਹਨਾਂ ਨੇ ਕੁਛ ਆਈਡੈਂਟੀਫਾਈ ਕੀਤਾ ਕਿ ਕੁਛ ਏਰੀਆਜ਼ ਦੇ ਵਿੱਚ ਜਿੱਥੇ ਕਿ ਮੈਕਸੀਮਮ ਲੋਕਾਂ ਨੂੰ ਲੰਗਰ ਦੀ ਜ਼ਰੂਰਤ ਸੀ, ਤਾਂ ਇਹ ਪਤਾ ਲੱਗਿਆ ਕਿ ਜਿਹੜਾ ਸ਼ਹਿਰ ਦੇ ਵਿੱਚ ਜਿਹੜੀ ਵਰਲਡ ਸਿਟੀ ਦਾ ਏਰੀਆ ਹੈ, ਜਿਹੜਾ ਜਿਹਨੂੰ ਸ਼ਾਹਜਹਾਨਾਬਾਦ ਕਹਿੰਦੇ ਹੈ, ਜਿਹੜਾ ਕਿ ਲਾਲ ਕਿਲ੍ਹੇ ਦੇ ਆਸ ਪਾਸ ਜਿਹੜਾ ਇਲਾਕਾ ਹੈ, ਉਹਦੇ ਵਿੱਚ ਕਰੀਬ 1 ਲੱਖ ਆਦਮੀ ਇਹੋ ਜਿਹਾ ਹੈ ਜਿਹੜਾ ਕਿ ਹੋਮਲੈਸ ਹੈ। ਸਭ ਤੋਂ ਜ਼ਿਆਦਾ ਕੋਨਸਨਟ੍ਰੇਸ਼ਨ ਮੇਰਾ ਖਿਆਲ ਹਿੰਦੁਸਤਾਨ 'ਚ ਹੋਮਲੈਸ ਆਦਮੀਆਂ ਦੀ ਇਹ ਸ਼ਾਹਜਹਾਨਾਬਾਦ ਦਾ ਏਰੀਆ ਜਿਹੜਾ ਹੈ ਵਰਲਡ ਸਿਟੀ ਦਾ, ਉਹਦੇ ਅੰਦਰ ਹੈ।
ਤਾਂ ਉਹਦੇ ਵਿੱਚ ਇੱਕ ਉਹਨਾਂ ਨੇ 1989 'ਚ ਸਟਾਰਟ ਕੀਤੀ ਇੱਕ ਮੁਹਿੰਮ ਕਿ ਇਹਨਾਂ ਨੂੰ ਦੋ ਪ੍ਰਸ਼ਾਦੇ ਅਤੇ ਇੱਕ ਕੜਛੀ ਦਾਲ ਦੀ ਦਿੱਤੀ ਜਾਵੇ ਇੱਕ ਸੜਕ ਦੇ ਉੱਤੇ ਬਿਠਾ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਸਾਂਝ ਵੱਲੋਂ ਆਪ ਸਭ ਨੂੰ ਫਤਿਹ। ਲੰਗਰ ਦੇ ਵੱਖ ਵੱਖ ਜਥੇਬੰਦੀਆਂ ਪੰਥਕ ਸਾਂਝ ਨਾਲ ਇਕੱਠੀਆਂ ਹੋਈਆਂ ਔਰ 550 ਸਾਲਾਂ ਦੇ ਇਸ ਉਪਰਾਲੇ 'ਤੇ ਗੁਰੂ ਨਾਨਕ ਦੇ ਸਿਧਾਂਤ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਉੱਤੇ ਨੂੰ ਅੱਗੇ ਲਿਜਾਂਦੇ ਹੋਏ ਜਿਹੜੀ ਹੈ ਲੰਗਰ ਦੇ ਸਾਰੇ ਗਰੁੱਪ ਜਥੇਬੰਦੀਆਂ ਸੇਵਾ ਕਰ ਰਹੀਆਂ ਹਨ, ਇਹਨਾਂ ਨਾਲ ਅਸੀਂ ਜੁੜ ਕੇ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਕੰਮ ਸਾਡਾ ਗੁਰੂ ਨਾਨਕ ਸਾਹਿਬ ਦੇ ਆਦੇਸ਼ ਅਨੁਸਾਰ ਹੀ ਵੰਡ ਛਕਾਉਣ, ਕਿਸੇ ਨੂੰ ਭੁੱਖਾ ਨਹੀਂ ਛੱਡਣਾ, ਲੰਗਰ ਦੀ ਸੇਵਾ ਵਾਸਤੇ ਅਸੀਂ ਹਾਜ਼ਰ ਹੋਣਾ ਚਾਹੁੰਦੇ ਹਾਂ। ਇਸ ਸੇਵਾ ਲਈ ਅਸੀਂ ਅਪੀਲ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਇਹ ਜਿਹੜੀ ਜਥੇਬੰਦੀਆਂ ਇਹ 5 ਤੋਂ 10 ਹਜ਼ਾਰ ਲੋਕਾਂ ਨੂੰ ਰੋਜ਼ ਲੰਗਰ ਛਕਾਉਂਦੀਆਂ ਔਰ ਇਹਦੇ ਲਈ ਸਾਨੂੰ ਆਪਣੇ ਘਰਾਂ ਨੂੰ ਇਹਨਾਂ ਨਾਲ ਜੋੜਨਾ ਹੈ। ਘਰ ਘਰ ਅੰਦਰ ਧਰਮਸਾਲ ਦੇ ਆਦੇਸ਼ ਅਨੁਸਾਰ ਸਾਡੀ ਇਹ ਅਪੀਲ ਹੈ ਕਿ ਹਰ ਘਰ ਆਪਣੇ ਘਰ 'ਚੋਂ ਕੁਝ ਪ੍ਰਸ਼ਾਦੇ ਬਣਾ ਕੇ ਇਸ ਸੇਵਾ ਵਿੱਚ ਆਪਣੇ ਆਪ ਨੂੰ ਹਾਜ਼ਰ ਕਰੇ। ਅਪੀਲ ਇਹ ਹੈ ਕਿ ਇਹ ਪ੍ਰਸ਼ਾਦੇ ਸਾਡੇ ਬੱਚੇ ਬਣਾਉਣ, ਜੇ ਬੱਚੇ ਨਹੀਂ ਬਣਾ ਸਕਦੇ ਤਾਂ ਵੱਡੇ ਬਣਾਉਣ, ਪਰ ਇਹ ਲੋੜ ਸਾਨੂੰ ਇਹ ਹੈ ਕਿ ਅਸੀਂ ਹਿੰਦੁਸਤਾਨ ਦੀ ਜਿਹੜੀ ਪਾਪੂਲੇਸ਼ਨ ਜਿਸ ਨੂੰ ਰੋਟੀ ਨਹੀਂ ਮਿਲ ਰਹੀ, ਅਸੀਂ ਉਹਨੂੰ ਰੋਟੀ ਪਹੁੰਚਾਈਏ ਔਰ ਨੇਸ਼ਨ ਬਿਲਡਿੰਗ ਵਿੱਚ ਹੈਲਪ ਕਰੀਏ। ਸਾਡੀ ਇਹ ਅਪੀਲ ਹੈ ਸੰਗਤ ਨੂੰ ਔਰ ਜਿਹੜੇ ਨੌਨ ਸੰਗਤ ਵੀ ਸਾਡੇ ਨਾਲ ਜੁੜਨਾ ਚਾਹੁੰਦੀ ਹੈ, ਜਿਹੜੇ ਲੋਕ ਚਾਹੁੰਦੇ ਨੇ ਕਿ ਭੁੱਖੇ ਨੂੰ ਰੋਟੀ ਪਹੁੰਚਾਉਣੀ, ਅਸੀਂ ਉਸ ਸੇਵਾ ਨੂੰ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ। ਇਹ ਜਥੇਬੰਦੀਆਂ ਜਗ੍ਹਾ ਜਗ੍ਹਾ ਵੱਖਰੇ ਵੱਖਰੇ ਹਸਪਤਾਲਾਂ 'ਚ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਵੱਖ ਵੱਖ ਸੇਵਾ ਕਰ ਰਹੀ ਹੈ। ਇਹਨਾਂ ਜਥੇਬੰਦੀਆਂ ਨਾਲ ਜੁੜ ਕੇ ਅਸੀਂ ਗੁਰੂ ਨਾਨਕ ਸਾਹਿਬ ਦੀ ਸੇਵਾ ਦੇ ਆਦੇਸ਼ ਨੂੰ ਅੱਗੇ ਲਿਜਾਈਏ। ਸਿੱਖ ਸਿਧਾਂਤ 2 ਮੁੱਦਿਆਂ 'ਤੇ ਖੜਿਆ ਹੈ, ਸੇਵਾ ਔਰ ਸਿਮਰਨ। ਸਿਮਰਨ ਦਾ ਇੱਕ ਹੜ ਲਿਆਈਏ ਔਰ ਸੇਵਾ ਦਾ ਇੱਕ ਹੜ ਲਿਆਈਏ, ਲੰਗਰ ਨੂੰ ਅਸੀਂ ਜਥੇਬੰਦੀਆਂ ਦੇ ਜ਼ਰੀਏ ਅੱਗੇ ਲੈ ਕੇ ਜਾਈਏ। ਸਿੱਖ ਕੌਮ ਦਿੱਲੀ ਵਿੱਚ ਵੱਖ ਵੱਖ ਜਗ੍ਹਾ 'ਤੇ ਲੰਗਰ ਕਰਦੀ ਹੈ ਔਰ ਸਾਡੇ ਗੁਰਦੁਆਰੇ ਵੀ ਲੱਖਾਂ ਲੋਕਾਂ ਨੂੰ ਰੋਜ਼ ਲੰਗਰ ਛਕਾਉਂਦੇ ਹੈ। ਇਹ ਸਾਡੀ ਸੇਵਾ ਹੈ, ਇਹ ਸਾਡੀ ਕਿਰਤ ਦੀ ਕਮਾਈ ਦੀ ਪੂੰਜੀ, ਸਾਡੇ ਦਸਵੰਧ ਦੀ ਸੇਵਾ, ਭੁੱਖੇ ਨੂੰ ਭੁੱਖਾ ਨਾ ਜਾਣ ਦੇਈਏ ਕਿਸੇ ਨੂੰ। ਇਹ ਸਿੱਖ ਕੌਮ ਇਸ 'ਤੇ ਕਮਿਟਡ ਹੈ। ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਇਹ ਪ੍ਰੋਗਰਾਮ ਜਿਹੜਾ ਹੈ, ਥੱਲੇ ਨੰਬਰ ਤੁਹਾਡਾ ਸਕਰੋਲ ਵਿੱਚ ਆ ਰਿਹਾ ਸਾਡਾ, ਉਸ ਨੰਬਰ ਨਾਲ ਤੁਸੀਂ ਜੁੜੋ ਔਰ ਆਪਣੇ ਘਰੋਂ ਜਿਤਨੇ ਪ੍ਰਸ਼ਾਦੇ ਤੁਸੀਂ ਦੇ ਸਕੋ, 5, 10, 15 ਇਹ ਡੇਲੀ ਬੇਸਿਸ 'ਤੇ ਨਿਤ ਪ੍ਰਤੀ ਇਹ ਹਾਜ਼ਰ ਹੋਣ ਔਰ ਇਹ ਭੁੱਖੇ ਕੋਲ ਪਹੁੰਚ ਕੇ ਉਹਦੀ ਭੁੱਖ ਮਿਟਾਉਣ। 550 ਸਾਲਾਂ ਗੁਰੂ ਨਾਨਕ ਦੇ ਉੱਤੇ, ਗੁਰੂ ਨਾਨਕ ਦੇ 550 ਸਾਲਾਂ 'ਤੇ ਇਹ ਸਮਰਪਿਤ ਪ੍ਰੋਗਰਾਮ ਨਾਲ ਆਪ ਜੁੜੀਏ। ਪੰਥਕ ਸਾਂਝ ਲੰਗਰ ਔਰ ਭੁੱਖੇ ਨੂੰ ਰੋਟੀ ਪਹੁੰਚਾਉਣਾ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।